ਜਲੰਧਰ ਨਗਰ ਨਿਗਮ ਦੇ ਮੁਲਾਜ਼ਮ ਜੋ ਕਿ ਲੰਮੇ ਸਮੇਂ ਤੋਂ ਹੜਤਾਲ ਤੇ ਚਲੇ ਗਏ ਸੀ, ਤਨਖਾਹ ਨਾ ਮਿਲਣ ਕਰਕੇ ਗੁੱਸਾਏ ਕਰਮਚਾਰੀ ਸੰਗਠਨਾਂ ਨੇ ਸ਼ੁੱਕਰਵਾਰ ਨੂੰ ਬੈਠਕ ਕਰ ਇਸ ਦਾ ਫੈਸਲਾ ਲਿਆ ਸੀ, ਜਿਸ ਕਰਕੇ ਹੜਤਾਲ ਦੌਰਾਨ ਸ਼ਹਿਰ ਦੀ ਸਫਾਈ ਵਿਵਸਥਾ ਪੂਰੀ ਤਰ੍ਹਾਂ ਠੱਪ ਹੋ ਗਈ ਸੀ ਅਤੇ ਆਮ ਜਨਤਾ ਨੂੰ ਕਾਫੀ ਪਰੇਸ਼ਾਨੀ ਝੇਲਣੀ ਪਈ। ਅਖੀਰਕਾਰ ਬਾਅਦ ਦੁਪਹਿਰ ਜਲੰਧਰ ਦੇ ਮੇਅਰ ਜਗਦੀਸ਼ ਰਾਜਾ, ਡਿਪਟੀ ਮੇਅਰ ਸਿਮਰਜੀਤ ਸਿੰਘ ਬੰਟੀ ਅਤੇ ਸਾਬਕਾ ਵਿਧਾਇਕ ਅਵਤਾਰ ਸਿੰਘ ਹੈਂਦਰੀ ਨੇ ਮੁਲਾਜ਼ਮਾਂ ਨੂੰ 7 ਕਰੋੜ ਦਾ ਚੈੱਕ ਦੇ ਕੇ ਹੜਤਾਲ ਖਤਮ ਕਰਵਾਈ। ਬਹੁਤ ਅੱਛਾ ਲੱਗਾ ਜੀ, ਸਾਡਾ ਪਰਿਵਾਰ ਹੈ, ਮੇਰਾ ਤਾਂ ਅੱਜ ਨਹੀਂ 40 ਸਾਲ ਹੋ ਗਿਆ। ਇਹ ਸਮਾਜ ਨੇ, ਇਸ ਪਰਿਵਾਰ ਨੇ ਬਹੁਤ ਵੱਡਾ ਸਦਾ ਸਾਥ ਦਿੱਤਾ ਹੈ। ਐਤਕੀ ਬੇਟਾ ਵੀ ਆਇਆ, ਉਹਨੂੰ ਵੀ ਇਹਨਾਂ ਨੇ ਬਹੁਤ ਬਲੈਸਿੰਗ ਦਿੱਤੀ ਹੈ। ਮੇਰਾ ਬਹੁਤ ਪਿਆਰ ਹੈ, ਮਾੜੀ ਜਿਹੀ ਗੱਲ ਹੁੰਦੀ ਪਰਿਵਾਰ ਦੇ ਵਿੱਚ ਬਹੁਤ ਹੁੰਦੀ ਰਹਿੰਦੀ। ਉਹ ਮੁਲਾਜ਼ਮਾਂ ਦੀ ਮੰਗ ਸੈਲਰੀ ਸੀ, ਹੋਰ ਕਿਸੇ ਕਿਸੇ ਦਾ ਕੋਈ ਝਗੜਾ ਨਹੀਂ ਸੀਗਾ। ਸਾਡੀ ਪੰਜਾਬ ਸਰਕਾਰ ਦੀ ਮਾਲੀ ਪੋਜੀਸ਼ਨ ਖਰਾਬ ਹੋਣ ਕਰਕੇ, ਜਿਵੇਂ ਪਹਿਲਾਂ ਸਰਕਾਰ ਸੀ ਉਹ ਖਜ਼ਾਨਾ ਖਾਲੀ ਸੀ, ਉਹ ਖਜ਼ਾਨਾ ਚੱਲਿਆ ਆ ਰਿਹਾ, ਹਾਲੀ ਮਾਲੀ ਪੋਜੀਸ਼ਨ ਪੂਰੀ ਠੀਕ ਨਹੀਂ ਹੋ ਸਕੀ। ਬਾਕੀ ਮੁਲਾਜ਼ਮਾਂ ਦੀ ਜਿਹੜੀ ਮੰਗ ਸੀ ਬਿਲਕੁਲ ਜਾਇਜ਼ ਮੰਗ ਸੀ, ਕਿਉਂਕਿ ਇਹ ਕਲਾਸ 4 ਦੇ ਗਰੀਬ ਬੰਦੇ ਹੁੰਦੇ ਨੇ, ਇਹਨਾਂ ਦਵਾਈ ਦਾਰੂ ਲੋੜ ਹੁੰਦੀ ਹੈ, ਫੀਸਾਂ ਦੀ ਲੋੜ ਹੁੰਦੀ ਹੈ, ਹੋਰ ਰੋਜ਼ਮਰਾ ਚੀਜ਼ਾਂ ਲੋੜ ਹੁੰਦੀ, ਘਰ ਆਟਾ ਰਾਸ਼ਨ ਲੋੜ ਹੁੰਦੀ ਹੈ, ਅਤੇ ਇਹਨਾਂ ਦਾ ਗੁਜ਼ਾਰਾ ਚੱਲਣਾ ਬਹੁਤ ਮੁਸ਼ਕਲ ਹੈ, ਕਿਉਂਕਿ ਇਹ ਸਿਰਫ ਤਾਂ ਸਿਰਫ ਤਨਖਾਹ 'ਤੇ ਨਿਰਭਰ ਕਰਦੇ ਨੇ। ਅਤੇ ਇਹਨਾਂ ਦੀ ਮੰਗ ਜਾਇਜ਼ ਸੀ, ਜਿਹਦੇ ਬਾਰੇ ਅਸੀਂ ਫਰਾਈਡੇ ਨੂੰ ਕੁਛ ਮੁਲਾਜ਼ਮਾਂ ਨੂੰ ਸੈਲਰੀ ਰਿਲੀਜ਼ ਕਰਤੀ ਸੀ। For all updated news, please subscribe Ava News and ring the bell.